भी की कंटेंट होना चाहिए। मैं भी पहली गल तो साडा पिंड होना चाहिए। अच्छा ठीक है, क्या बात है। दूजी गल ये होनी चाहिए भी वो सिर्फ साडी साडी बोली हो जी। सत श्री अकाल, नमस्ते, आदाब, राम राम, की हाल चाल है, सारे ठीक ठाक हो गए। जे तुसीं मेरे चैनल ते आ गए चैनल नूं कर दो सबसक्राइब, वीडियो लाइक करके शेयर जरूर करो। अज आपां जिहड़े रिएक्शन वीडियो लैके आए सिद्धू मूसेवाला जी, जिहड़ा मूसा जट मूवी आ रही आ वो अपने इंडिया दे विच हुण नहीं रिलीज़ होनी, तुहानूं पता लग गया, तुसीं खबरां सुण ही लईआं। ते इह लेटेस्ट इंटरव्यू आई आ सिद्धू मूसेवाला जी दे नाल, ये बाहर आया इस टाइम सिद्धू मूसेवाला जी, ते उन्होंने हुण उत्थे इंटरव्यू दित्ती है, ते उहदे बारे दस्सिआ। उह मेरे हिसाब नाल सिद्धू मूसेवाले, मैं सुनी नहीं हले तक इंटरव्यू, मैं सोचा आपां नाल नाल करदे आ रिएक्शन ते नाल नाल देखांगे इंटरव्यू। ते वीडियो दा लिंक डिस्क्रिप्शन विच है, जे तुसीं ओरिजिनल इंटरव्यू देखनी हो जाके तुसीं देख सकदे जो लिंक डिस्क्रिप्शन दित्ता आ। चलो फिर आपां करदे आ रिएक्शन शुरू, वीडियो शुरू तो लैके एंड तक जरूर देखो, अपना प्यार जरूर दे दो कमेंट बॉक्स ते। जिते तुहानूं किन्नी कु दुख होया एक गल सुन के कि सिद्धू मूसेवाला जी दी मूसा जट मूवी नहीं आ रही इंडिया दे विच, सेंसर ने पास नहीं की। चलो आपां गल देखदे आ वीडियो, बाकी गल आपां बाद च करांगे, पहले देखांगे वीडियो। चलो चलदी वीडियो वाले। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ, ਇਹਨੂੰ ਆਖਦੇ ਹਾਂ। ਪਾਈਨਵੁੱਡ ਸਟੂਡੀਓਜ਼ ਲੰਡਨ ਵਿਖੇ ਪਹੁੰਚੇ ਹੋਏ ਅੱਜ ਇੱਕ ਖਾਸ ਮੌਕਾ ਹੈ, ਮੌਕਾ ਵੀ ਐਸਾ ਕਿ ਐਸੇ ਦਿਨ ਕਦੇ ਕਦੇ ਆਉਂਦੇ ਨੇ। ਕਿਉਂ? ਕਿਉਂਕਿ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਮ, ਜਿਨ੍ਹਾਂ ਨੇ ਪਹਿਲਾਂ ਆਪਣੀ ਗਾਇਕੀ ਫਿਰ ਗੀਤਕਾਰੀ ਅਤੇ ਹੁਣ ਅਦਾਕਾਰੀ ਦੇ ਵਿੱਚ ਪੈਰ ਧਰਨ ਜਾ ਰਹੇ ਨੇ, ਜਿਸ ਖੇਤਰ ਦੇ ਵਿੱਚ ਵੀ ਪੈਰ ਪਾਇਆ, ਲੋਹਾ ਮਨਵਾਇਆ। ਸੋ ਇੱਕ ਐਸਾ ਨਾਮ ਹੈ ਪੰਜਾਬੀ ਇੰਡਸਟਰੀ ਦਾ ਜਿਹਨੂੰ ਸੁਣ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਏਗੀ, ਅਤੇ ਜਿਹੜਾ ਉਹਨਾਂ ਦਾ ਪ੍ਰੋਜੈਕਟ ਹੈਗਾ ਜਦੋਂ ਉਹਦੀ ਗੱਲ ਕਰਾਂਗੇ ਤਾਂ ਫਿਰ ਤਾਂ ਗੱਲਾਂ ਹੀ ਵੱਖਰੀਆਂ ਹੋ ਜਾਣੀਆਂ। ਸੋ ਗੱਲ ਕਰ ਰਹੇ ਹਾਂ ਜੀ ਬਾਈ ਸਿੱਧੂ ਮੂਸੇਵਾਲਾ, ਜੋ ਅੱਜ ਲੰਡਨ ਦੀ ਧਰਤੀ ਦੇ ਉੱਤੇ ਪਹੁੰਚੇ ਹੋਏ ਨੇ। ਕਾਰਨ ਕੀ ਹੈ? ਮੂਸਾ ਜੱਟ ਇੱਕ ਵੱਡੀ ਫਿਲਮ ਜਿਹੜੀ ਹੈ ਉਹ ਲੈ ਕੇ ਹਾਜ਼ਰ ਨੇ, ਤਕਰੀਬਨ ਆਉਣ ਦੇ ਦਿਨਾਂ ਦੇ ਵਿੱਚ ਇਹ ਫਿਲਮ ਵਰਲਡ ਵਾਈਡ ਰਿਲੀਜ਼ ਹੋ ਜਾਣੀ ਹੈ, ਮੂਸਾ ਜੱਟ। ਸੋ ਆਪਾਂ ਗੱਲਬਾਤ ਕਰਾਂਗੇ ਅੱਜ ਖਾਸ ਤੌਰ ਦੇ ਉੱਤੇ ਪੰਜਾਬ ਦੀ ਧਰਤੀ ਤੋਂ ਚੱਲ ਕੇ ਸਾਡੇ ਕੋਲ ਪਹੁੰਚੇ ਹੋਏ ਨੇ ਬਾਈ ਸਿੱਧੂ ਮੂਸੇਵਾਲਾ। ਸਭ ਤੋਂ ਪਹਿਲਾਂ ਜੀਆਂ ਨੂੰ ਕਹਿੰਦੇ ਹਾਂ ਲੰਡਨ ਦੀ ਧਰਤੀ ਦੇ ਉੱਤੇ, ਫਿਰ ਗੱਲਬਾਤ ਕਰਾਂਗੇ ਇਸ ਫਿਲਮ ਦੇ ਬਾਰੇ, ਆਖਿਰ ਕਿਹੋ ਜਿਹੀ ਫਿਲਮ ਹੈਗੀ ਹੈ ਅਤੇ ਕੀ ਸਾਡੇ ਦਰਸ਼ਕਾਂ ਨੂੰ ਦੇਣ ਜਾ ਰਹੇ ਨੇ। ਭਾਅ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ, ਚੜ੍ਹਦੀ ਕਲਾ ਜੀ? ਬਹੁਤ ਜੀ, ਬਹੁਤ ਜੀ। ਲੰਡਨ ਦੀ ਧਰਤੀ ਯਾਨੀ ਕਿ ਯੂਕੇ ਦੇ ਵਿੱਚ ਪਹਿਲਾਂ ਜੀਆਂ ਨੂੰ ਆਖਦੇ ਹਾਂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅਤੇ ਸੈਕਿੰਡ ਨੰਬਰ ਦੇ ਉੱਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਗਾਇਕੀ ਗੀਤਕਾਰੀ ਤੋਂ ਬਾਅਦ ਅਦਾਕਾਰੀ 'ਚ ਤੁਸੀਂ ਪੈਰ ਧਰੇ। ਥੈਂਕ ਯੂ ਵੈਰੀ ਮੱਚ। ਸੋ ਜੇ ਗੱਲ ਕਰੀਏ ਇਸ ਫਿਲਮ ਦੀ ਤਾਂ ਨਾ ਦੇਰ ਕਰਦਿਆਂ ਹੋਏ ਦਰਸ਼ਕੋ ਆਪਾਂ ਇਸ ਫਿਲਮ ਬਾਰੇ ਗੱਲ ਕਰਾਂਗੇ, ਕਿਉਂਕਿ ਗੀਤ ਤਾਂ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ, ਕਿਉਂਕਿ ਯੂਟਿਊਬ ਭਰੀ ਹੋਈ ਆ ਜਿੱਥੇ ਮਿਲੀਅਨਸ ਵਿਊ ਦੇਣ ਦੇ ਵਿੱਚ ਹੋ ਜਾਂਦੇ ਨੇ ਮੂਸੇਵਾਲਾ ਉਹਨਾਂ ਦੇ ਜਿਹੜੇ ਸੌਂਗਸ ਯਾਨੀ ਕਿ ਗੀਤ ਰਿਲੀਜ਼ ਹੁੰਦੇ ਨੇ। ਸੋ ਹੁਣ ਗੱਲ ਕਰਦੇ ਹਾਂ ਮੂਸੇਵਾਲਾ ਜਿਹੜਾ ਦੀਪ ਜਿਹੜਾ ਹੈਗੀ ਇਹ ਫਿਲਮ ਆ ਰਹੀ ਹੈ ਮੂਸਾ ਜੱਟ ਉਹਦੇ ਬਾਰੇ। ਭਾਅ ਜੀ ਕਿਹੋ ਜਿਹੀ ਫਿਲਮ ਹੈਗੀ ਹੈ ਮੂਸਾ ਜੱਟ? ਐਕਚੁਅਲੀ ਮੂਸਾ ਜੱਟ ਫਿਲਮ ਯਾਨੀ ਕਿ ਜਦੋਂ ਵੀ ਫਿਲਮ ਦਾ ਯਾਨੀ ਕਿ ਅਸੀਂ ਸੋਚਿਆ ਸੀਗਾ, ਅਸੀਂ ਫਿਲਮ ਬਣਾਉਣੀ ਚਾਹੁੰਦੇ ਸੀਗੇ ਵੀ ਜੋ ਹੁਣ ਪੰਜਾਬ ਦੇ ਹਾਲਾਤ ਨੇ, ਜਿੱਦਾਂ ਇੱਕ ਕਿਸਾਨ ਦੀ ਕੀ ਹਾਲਾਤ ਚੱਲ ਰਿਹਾ ਹੈ ਨਾ, ਸੋ ਵੀ ਉਹ ਕੀ ਉਹਦੇ ਨਾਲ ਤ੍ਰਾਸਦੀਆਂ ਹੋ ਰਹੀਆਂ ਨੇ। ਸੋ ਇੱਕ ਅਸੀਂ ਫਿਲਮ ਬਣਾਉਣੀ ਸੀ, ਫਿਲਮ 'ਤੇ ਕੰਮ ਬਹੁਤ ਟਾਈਮ ਦਾ ਹੀ ਕਰ ਰਹੇ ਸੀਗੇ ਵੀ ਸਕ੍ਰਿਪਟ ਦੇ ਉੱਤੇ। ਮੇਰਾ ਸ਼ੁਰੂ ਤੋਂ ਮਨ ਇਹ ਸੀਗਾ ਵੀ ਕੋਈ ਇਹੋ ਜਿਹੀ ਫਿਲਮ ਬਣਾਈ ਹੋਵੇ ਜਿਹੜੀ ਆਪਣੇ ਆਪਣੇ ਕਿੱਤੇ ਨਾਲ ਜੁੜਦੀ ਹੋਵੇ, ਆਪਣੇ ਪਿੰਡਾਂ ਨਾਲ ਜੁੜਦੀ ਹੋਵੇ, ਰੋ ਹੋਵੇ, ਹੈ ਨਾ, ਜਿਹਦੇ ਵਿੱਚ ਕੋਈ ਇਹ ਨਾ ਹੋਵੇ ਕੱਟ ਇੱਕ ਫਿਲਮ ਨਾ ਲੱਗੇ, ਉਹ ਇਹ ਲੱਗੇ ਵੀ ਯਾਰ ਮੈਂ ਬਸ ਮੈਂ ਉਸ ਪਿੰਡਾਂ ਦਾ ਗੇੜਾ ਕੱਢਿਆ। ਸੋ ਇਹ ਇੱਕ ਅਸੀਂ ਯਾਨੀ ਕਿ ਕਿਸਾਨ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਤ੍ਰਾਸਦੀ ਚੱਲ ਰਹੀ ਹੈ ਇਸ ਵਕਤ, ਸੋ ਅਸੀਂ ਇੱਕ ਤਰ੍ਹਾਂ ਦਾ ਉਹਨੂੰ ਰੀਪ੍ਰਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਹ ਯਾਨੀ ਕਿ ਇਹ ਆਪਣੇ ਪਿੰਡਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਆਪਣੇ ਇਸ ਵਕਤ ਕਿਸਾਨ ਦੀ ਮਜ਼ਦੂਰ ਦੀ ਯਾਨੀ ਕਿ ਇੱਕ ਜੱਟ ਦੀ ਹਾਲਤ ਹੈ ਜਿਹੜੀ ਯਾਨੀ ਕਿ ਉਹਨੂੰ ਯਾਨੀ ਕਿ ਇਹ ਰੀਪ੍ਰਜੈਂਟ ਕਰਦੀ ਹੈ। ਜੀ ਬਾਕੀ ਜਿਵੇਂ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਵਰਲਡ ਵਾਈਡ ਤੁਸੀਂ ਜਾਣਦੇ ਹੀ ਹੋ, ਸੋ ਸਿੱਧੂ ਬਾਈ ਦੇ ਹੋਰ ਵੀ ਪ੍ਰੋਜੈਕਟ ਸੀ ਪਰ ਇਸ ਨੂੰ ਪਹਿਲ ਦਿੱਤੀ ਗਈ ਹੈ, ਕਿਉਂ? ਕਿਉਂਕਿ ਇਹ ਮੌਕਾ ਹੈਗਾ ਇਸ ਵੇਲੇ। ਸੋ ਜੇ ਆਪਾਂ ਗੱਲ ਕਰੀਏ ਭਾਅ ਜੀ ਕਿਵੇਂ ਅਦਾਕਾਰੀ ਵੱਲ ਆਉਣਾ ਹੋਇਆ, ਕਿਉਂਕਿ ਆਪਾਂ ਦੇਖਦੇ ਹਾਂ ਵੀ ਤੁਹਾਡਾ ਬਹੁਤ ਵੱਡਾ ਨਾਮ ਹੈਗਾ ਗਾਇਕੀ ਦੇ ਵਿੱਚ, ਗੀਤਕਾਰੀ ਦੇ ਵਿੱਚ, ਯੂਥ ਤੁਹਾਨੂੰ ਫੋਲੋ ਕਰਦਾ, ਲੱਖਾਂ ਨਹੀਂ ਤੁਹਾਡੇ ਮਿਲੀਅਨਸ ਦੇ ਵਿੱਚ ਫੈਨ ਹੈਗੇ ਆ, ਸੋ ਤੁਸੀਂ ਅਦਾਕਾਰੀ ਨੂੰ ਕਿਵੇਂ ਚੂਜ਼ ਕੀਤਾ ਕਿ ਹੁਣ ਅਦਾਕਾਰੀ ਵੱਲ ਜਾਣਾ ਚਾਹੀਦਾ? ਨਹੀਂ ਕੋਈ ਅਦਾਕਾਰੀ ਦਾ ਜਾਂ ਕੋਈ ਵੀ ਮੈਨੂੰ ਇਹ ਨਹੀਂ ਸੀਗਾ ਵੀ ਕੋਈ ਮੈਂ ਅਦਾਕਾਰੀ ਕਰਨੀ ਹੈ ਜਾਂ ਮੈਂ ਐਕਟਰ ਬਣਨਾ, ਵੀ ਬਸ ਕਈ ਚੀਜ਼ਾਂ ਹੁੰਦੀਆਂ ਨੇ ਨਾ ਤੁਸੀਂ ਜ਼ਿੰਦਗੀ ਦੇ ਵਿੱਚ ਕਰਨੀਆਂ ਚਾਹੁੰਦੇ ਹੁੰਦੇ ਹੋ, ਵੀ ਜਿਵੇਂ ਮੇਰਾ ਯਾਨੀ ਕਿ ਜਿੱਦਾਂ ਦਾ ਸਿਨੇਮਾ ਮੈਂ ਪਸੰਦ ਕਰਦਾ ਹੈ ਨਾ, ਉਹ ਇੱਕ ਟਿਪੀਕਲੀ ਰੋ ਹੈ ਨਾ, ਟਿਪੀਕਲੀ ਥੀਏਟਰ ਚੀਜ਼ਾਂ ਹੈ ਨਾ, ਮੈਨੂੰ ਚੰਗੀਆਂ ਲੱਗਦੀਆਂ ਨੇ ਵੀ ਜਿਹੜੀਆਂ ਚੀਜ਼ਾਂ ਹੁਣ ਅੱਜ ਕੱਲ੍ਹ ਦੇ ਸਿਨੇਮੇ ਦੇ ਵਿੱਚ
जो अज हालात हो रहे भी कुछ ना कुछ एह मैं मेरे मन बहुत टाइम का मैं भी कुछ ना कुछ ओह जा कुछ करना है ना सो ओह जिन्ना चिर नहीं मिले है ना पहला तो मैं आप ही समर्थ नहीं सी इस चीज़ लिए है ना फिर मैं ना मैं कंटेंट मिले वो फिर अपने गुरिंदर डिंपी जी जिन्होंने फिल्म लिखी है ना अच्छा दीपक भाई मेरे को आए है ना उन्होंने कहने भी कहो जी फिल्म करनी मैं भी इदा इदा करके आ फिल्म करनी है वो कहने फिर भी की कंटेंट होना चाहिए मैं भी पहली गल तो सा पिंड होना चाहिए अच्छा ठीक है दूजी गल ये होनी चाहिए भी वो सिर्फ सा बोली हो जी क्या बात है यार सलूट है सिद्धू मूसेवाला जी कहते साडा पिंड होना चाहिए देख लो एक पिंड का नाम रोशन करता है अपने मूवी दे विच क्या बात है यार नहीं रीसा मूसेवाले ठीक है जिम्मे असि बोलते हैं रहने सहने टोटल यानी कि जिम्मे प्रोपर मलवाई है ना प्रॉपर यानी कि जी किसान साढ़े पिंडा की हालत है ना भी आप कुछ ना कुछ साढ़े जी चीज मेल खाँदी हो नहीं है भी मैं किसी होर का क्रिएटर लिख के मैं बाहर चल गया जी आ गया भी मैनू मेरा शुरू तो ये चीज़ा रही मैं जिन्ना जो कुछ अज तक लिखे भी है भी वो कुछ ना कुछ कितना कितने मेरे ना रिलेट होंगे मैं वो जी चीज़ करना चाहता सी भी जो भी वह मेरे रिलेटड भी होगा है ना तो भी वो लोगों के रिलेटड भी हो गए जो मेरे एरिए दे लोग देख रहे हैं जो मेरे पंजाब के लोग देख रहे हैं भी मैं ये चीज़ चाहता सीगा भी कितना कितने रियलिटी बेस्ड कुछ ना कुछ हो गया बिल्कुल जब थोड़ियाँ इंटरनेट के उत्ते वीडियोज वायरल होंगे कुछ ट्रैक्टर चला रहे हो बोल खेत बाह रहे हो जाके तो होर भी थोड़िया जड़िया ऐसा खेतों के जाने के सो थानू कितने ना कि मिट्टी का मोह कहते होंगे सो भावें आप विदेश के रह के भी आए हुई है जिमें भी आप जिदा की जिंदगी है पर साडा मिट्टी के नाल जिहड़ा मोह होंदा उहनू लैके तुसीं आ फिल्म बनाई एक्चुअली पता की गल है जी हुण हरेक बंदे दा ना प्रायोरिटीज होंदियां ने मैनू ये नहीं है कम कभी मैं किसी दिखावे करता यही नहीं है कम भी मैं पैसे लिए करता है ना वाहगुरु के कृपा सारा कुछ सोर्सिस है पर कितना कितने थोड़ू यानी कि एक भी एक चीज़ होंगी है जिन्हें थोड़ा यानी कि पीस ऑफ माइंड मिलता है ना थोड़ा यानी कि एक तरह का भी यार अंतर धोता जाता है जो एक तरह के नाल भी अंदरूनी तौर पर शांति मिलती है थोड़ा है ना सो वो मैं भी खेत कम करके या कुछ होर करके सो मेरे शुरू तो यह मेरे इन्होंने चीज़ों मोह है ट्रैक्टर के नाल जमीन के नाल है ना सो भी मैनू वधिया लग रहा है सो दैट्स वाई कितना कितने ये चीज़ भी हैगी है भी हुण जो हालात पंजाब च चल रहे हैं भी किवें ना किवें करके वह कितना कितने उन्होंने चीज़ों के खिलाफ ने है ना जिमीदारी के खिलाफ ने है ना बिल्कुल एग्जैक्टली जट आड़ती सिस्टम के खिलाफ सो ये सारा जो भी फिल्म हैगी है जो देखे लोग है ना सारे यानी कि हम इंडिया चलो नहीं रिलीज हो रही संभव है ना सेंस ऑफ प्रॉब्लम्स करके पर यह कितना कितने हाँ वो हो जूगी है ना बिल्कुल पर यह कितना कितने जो लोग देखेंगे तो फील करेंगे वीर हाँ यही चीज़ ही हो रही तो अभी उ चीज़ दर्शाने की कोशिश की बिल्कुल बिल्कुल ये कोई शक नहीं है विदेशों के वसन वाले खास तौर पर जोड़े पंजाबी है वो पंजाब के नाल उत्थे नालों ज़्यादा जुड़े हुए हैं बहुत प्यार करते हैं तो इस फिल्म के नाल कितना कितने प्रोटेस्ट जोड़ा चल रहा है उन्होंने भी बहुत हुंगारा मिलने वाला दर्शकों सो यू देखना जरूर है आने वाले दिनों में रिलीज़ हो जा रही है आप दसा सारी गलबात भाजी जिमें आप ट्रेलर देखा बड़ा धमाकेदार जी उसका जो करैक्टर है बड़ा दमदार जहा जिमें तुम दसिया कि मिट्टी ना जुड़िया हुआ एक ऐसा जरा कह लीए करैक्टर है किसी को ट्रेनिंग ली या फिर फर्स्ट टाइम तुसी जिवें ये तो दसता कि रूह के ही है सारा जी, कुछ जी, जी, सो किवें वो सारा कुछ करने के कामयाब नहीं मेरे ट्रेनिंग तो नहीं पर कई सीनियर बंदे ने उन्होंने तो यानी कि है ना ये एक्टिंग का मतलब तो यही है भी इन्नी कि मैं कोई एक्टर तो है नहीं प्रोफेसनल ने भी जब मैं तो बस एक तरह का यानी कि कोशिश की है जो हैगा भी उस तरीके है ना अपने आप मैं कोई कुछ अलहदा नहीं किया भी जब मैं कह भी मैं कुछ एक्ट किया मैं किसी यानी कि किसी का किरदार निभाया कितना कितने वो चीज़ मेरे नाल रिलेटेड है तो मेरे लिए सौखी सी तो मैं उमें जो कर लिया है ना बाकी हम लोगों ने देखना जो उन्होंने पसंद आऊगा तो ठीक है नहीं पसंद आऊगा तो आप डेफिनेटली जी ये फिल्म जी है दुनिया भर के एक बार धमाका जोड़ा वो करने वाली हैगी है तो सारे पता है सो हम जो गल करिए इस फिल्म की स्टोरी की तो जे जिन्ना तुम दस सकते हो वैसे तो यह चीज़ा होंगे कि जाके थिएटर से स्क्रीन पर देखना पर किस तरीके की स्टोरी हैगी है थोड़ा जहा हिंट तुम दे सकते हो स्टोरी मैं क्या भी एक किसानी के बेस फिल्म हाँ जी हाँ जी बिल्कुल उन्होंने परिवार दी कबीलदारी एक किसान दी की जिम्मेवारियां ने की कबीलदारियां होंदियां ने किहो जिहे साडे सुभाअ ने किहो जिहे साडे करैक्टर ने किहो जिहियां साडियां गल्लां ने है ना किवें साडी रोज़ रोज़ यानी कि आपां
ਸਾਡਾ ਰੋਜ਼ਨਾਮਚਾ ਕਿਹੋ ਜਿਹਾ, ਸਾਡੀ ਰੋਜ਼ਾਨਾ ਜ਼ਿੰਦਗੀ ਕਿਵੇਂ ਹੈ, ਕਿੱਦਾਂ ਅਸੀਂ ਬਿਹੇਵ ਕਰਦੇ ਹਾਂ, ਕਿੱਦਾਂ ਅਸੀਂ ਗੱਲ ਕਰਦੇ ਹਾਂ, ਸਾਡਾ ਸੁਭਾਅ ਕੀ ਹੈ, ਉਹ ਸਾਰਾ ਕੁਛ ਇਸ ਚੀਜ਼ ਦੇ ਵਿੱਚ ਦਿਖਾਇਆ ਗਿਆ, ਸਾਰਾ ਕੁਛ ਜੀ ਜੀ ਬਿਲਕੁਲ ਬਿਲਕੁਲ ਦਰਸ਼ਕੋ। ਸੋ ਆਪਾਂ ਇਹ ਗੱਲਬਾਤ ਜਿਹੜੀ ਹੈਗੀ ਆ ਫਿਲਮ ਦੇ ਬਾਰੇ ਕਰ ਰਹੇ ਹਾਂ, ਮੂਸਾ ਜੱਟ, ਜੋ ਕਿ ਆਉਂਦੇ ਦਿਨਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਦੁਨੀਆ ਭਰ ਦੇ ਵਿੱਚ। ਸੋ ਤੁਸੀਂ ਜਾਇਓ ਇਸ ਫਿਲਮ ਨੂੰ ਦੇਖ ਕੇ ਜ਼ਰੂਰ ਆਉਣਾ, ਅਤੇ ਹੋਰ ਸਾਡੇ ਨਾਲ ਦਰਸ਼ਕ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਇਸ ਫਿਲਮ ਬਾਰੇ ਤੁਸੀਂ ਕੁਛ ਸਾਂਝਾ ਕਰਨਾ ਚਾਹੋ। ਬਸ ਮੇਰਾ ਇੱਕ ਯਾਨੀ ਕਿ ਇੱਕ ਯਾਨੀ ਕਿ ਬੇਨਤੀ ਲਾ ਲਓ, ਮੇਰਾ ਮੈਸੇਜ ਲਾ ਲਓ, ਜਿੰਨੇ ਮੇਰੇ ਚਾਹੁਣ ਵਾਲੇ ਨੇ, ਯਾਨੀ ਕਿ ਮੈਨੂੰ ਕਹਿਣ ਦੀ ਤਾਂ ਲੋੜ ਨਹੀਂ ਪਏ, ਲੋੜ ਨਹੀਂ ਹੈਗੀ, ਕਿਉਂਕਿ ਤੁਸੀਂ ਸਾਰੇ ਇੰਨਾ ਪਿਆਰ ਕਰਦੇ ਮੈਨੂੰ, ਯਾਨੀ ਕਿ ਮੈਂ ਕੋਈ ਕਿਤੇ ਔਨਲਾਈਨ ਜਾ ਕੇ ਮੈਂ ਬੈਠਿਆ ਨਹੀਂ ਜਾ ਕੇ ਵੀ ਭਾਈ ਆਓ ਫਿਲਮ ਦੇਖੋ ਮੇਰੀ ਫਲਾਨਾ ਤੱਕ, ਹੈ ਨਾ, ਨਾ ਮੇਰਾ ਆਪਣਾ ਸੁਭਾਅ ਹੈ, ਹੈ ਨਾ, ਵੀ ਜਾ ਕੇ ਮੈਂ ਕਾਲਜਾਂ ਦੇ ਵਿੱਚ ਹੱਥ ਜੇ ਜੋੜਦਾ ਫਿਰ, ਹੈ ਨਾ, ਫਿਲਮ ਕਰੀਏ ਸਾਰਿਆਂ ਨੂੰ ਪਤਾ ਬਾਈ, ਹੈ ਨਾ, ਠੀਕ ਹੈ, ਅਤੇ ਆਪਣਾ ਮਨ ਮਰਜ਼ੀ ਦੇ ਮਾਲਕ ਹਾਂ ਜੀ, ਦਿਲ ਕਰਦਾ ਜਾ ਵੀ ਪੜਦੇ, ਨਹੀਂ ਦਿਲ ਕਰਦਾ ਹੋਣਾ ਤਾਂ ਠੀਕ ਹੈ, ਕੋਈ ਦਿੱਕਤ ਨਹੀਂ, ਬਾਕੀ ਮੈਨੂੰ ਆਪਣੇ ਚਾਹੁਣ ਵਾਲਿਆਂ 'ਤੇ ਇੰਨਾ ਕੁ ਮੈਨੂੰ ਭਰੋਸਾ ਹੈਗਾ, ਮੇਰਾ ਜਿਹੜਾ ਪਰਿਵਾਰ ਆ ਉਹ ਕਾਫੀ ਵੱਡਾ, ਮੈਨੂੰ ਸੁਣਨ ਵਾਲਾ, ਮੈਨੂੰ ਪਿਆਰ ਕਰਨ ਵਾਲਾ, ਸੋ ਮੈਨੂੰ ਉਹਨਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਪੈਂਦੀ, ਹੈ ਨਾ, ਅਤੇ ਮੈਨੂੰ ਪਿਆਰ ਹੀ ਇੰਨਾ ਕਰਦੇ ਨੇ, ਅਤੇ ਉਹਨਾਂ ਨੇ ਹਰੇਕ ਬੰਦੇ ਨੇ ਇੰਡੀਵਿਜੁਅਲੀ ਪੂਰਾ ਸਪੋਰਟ ਕੀਤਾ, ਹੈ ਨਾ, ਅਤੇ ਉਹ ਤਾਂ ਯਾਨੀ ਕਿ ਇੰਡੀਆ 'ਚ ਤਾਂ ਇਹ ਸੀਗਾ ਵੀ ਲੋਕਾਂ ਨੇ ਸਿਨੇਮੇ ਹਾਲ ਬੁੱਕ ਕਰਵਾ, ਘਰਾਂ ਦੇ ਅੱਗੇ ਪੋਸਟਲਾਂ, ਕਾਰਾਂ ਦੇ ਪੋਸਟਲਾਂ, ਯਾਨੀ ਕਿ ਉਹਨਾਂ ਨੂੰ ਤਾਂ ਕੋਈ ਦੱਸਣ ਦੀ ਲੋੜ ਨਹੀਂ, ਬਿਲਕੁਲ ਜਾਣੀ ਜਾਣੇ, ਬਸ ਮੈਂ ਇਹ ਕਹਿਣਾ ਵੀ ਜਿਹੜੇ ਬਾਹਰ ਨੇ ਮੇਰੇ ਵੀ ਭਰਾ, ਹੈ ਨਾ, ਕਿਉਂਕਿ ਇੱਥੇ ਸਕੈਜੂਅਲ ਹੈ ਜਿਹੜਾ ਲੋਕਾਂ ਦਾ ਬਿਜ਼ੀ ਹੁੰਦਾ, ਹੈ ਨਾ, ਕੰਮ ਕਾਰ ਹੁੰਦੇ ਨੇ, ਸੋ ਮੈਂ ਇਹੀ ਕਹਿਣਾ ਵੀ ਜਿਹੜੇ ਵੀ ਜਿੰਨੇ ਵੀ ਤੁਸੀਂ ਕਿਸਾਨੀ ਨੂੰ ਪਿਆਰ ਕਰਨ ਵਾਲੇ ਹੋ, ਪਿੰਡਾਂ ਨੂੰ ਪਿਆਰ ਕਰਨ ਵਾਲੇ ਹੋ, ਇੱਕ ਵਾਰੀ ਹੈ ਨਾ ਹੈਵ ਅ ਵਾਚ, ਹੈ ਨਾ, ਜੇ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਦੱਸਿਓ, ਜੇ ਨਹੀਂ ਵਧੀਆ ਲੱਗੀ ਤਾਂ ਵੀ ਦੱਸਿਓ, ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਆਪਾਂ ਕੋਈ ਕੰਮ ਕਰੀਏ ਤਾਂ ਅਸੀਂ ਸੁਧਾਰ ਕਰ ਸਕੀਏ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਸੋ ਦਰਸ਼ਕੋ ਇਹ ਫਿਲਮ ਇੰਗਲੈਂਡ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਚਾਹੇ ਤੁਸੀਂ ਲੰਡਨ ਰਹਿੰਦੇ ਹੋ, ਮੈਨਚੈਸਟਰ ਰਹਿੰਦੇ ਹੋ, ਬਰਮਿੰਗਮ ਜਾਂ ਫਿਰ ਵੱਡੇ ਸ਼ਹਿਰ ਜਿੱਥੇ ਪੰਜਾਬੀਆਂ ਦੀ ਪਾਪੂਲੇਸ਼ਨ ਹੈਗੀ ਹੈ, ਸੋ ਹਰ ਇੱਕ ਥੀਏਟਰ ਦੇ ਵਿੱਚ ਲੱਗੇਗੀ। ਚੜ੍ਹਦਾ ਪੰਜਾਬ ਅਤੇ ਲਹਿੰਦੇ ਪੰਜਾਬ ਦੋਨਾਂ ਨੂੰ ਬੇਨਤੀ ਕਰਦੇ ਹਾਂ ਵੀ ਗੱਜ ਵੱਜ ਕੇ ਜਾਣਾ, ਥੀਏਟਰ ਭਰ ਦੇਣੇ ਆ। ਸੋ ਆਉਣ ਵਾਲੇ ਫਿਰ ਸਮੇਂ ਦੇ ਵਿੱਚ ਇਸੇ ਕਰਕੇ ਅਸੀਂ ਹੋਰ ਵਧੀਆ ਐਸਾ ਕੰਟੈਂਟ ਉਹਦੀ ਉਮੀਦ ਰੱਖ ਸਕਦੇ ਹਾਂ। ਸੋ ਇਸ ਟੀਮ ਦੇ ਕੋਲੋਂ ਵੀ ਅਸੀਂ ਇਹ ਉਮੀਦ ਰੱਖ ਸਕਦੇ ਹਾਂ। ਭਾਜੀ ਸ਼ੁਭਕਾਮਨਾਵਾਂ ਦੇਣਾ ਤੁਹਾਨੂੰ ਮੈਂ, ਬਹੁਤ ਬਹੁਤ ਸ਼ੁਕਰੀਆ। ਇੰਗਲੈਂਡ ਦੀ ਸਾਰੀ ਜਿੰਨੀ ਆਡੀਅੰਸ ਹੈਗੀ ਹੈ, ਸਾਡੇ ਵੀਰ ਭੈਣ, ਉਹਨਾਂ ਸਾਰਿਆਂ ਵੱਲੋਂ ਬੈਸਟ ਆਫ ਲੱਕ ਕਹਿੰਦੇ ਹਾਂ ਤੁਹਾਨੂੰ, ਅਤੇ ਆਪਾਂ ਦੇਖਾਂਗੇ ਉਸ ਦਿਨ ਮਿਲਾਂਗੇ, ਹੁਣ ਆਪਾਂ ਦੇਖ ਲਈਏ। ਧੰਨਵਾਦ, ਸਤਿ ਸ਼੍ਰੀ ਅਕਾਲ। ਤਾਜ਼ਾ ਖਬਰਾਂ ਅਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪ੍ਰਾਈਡ ਪੰਜਾਬ ਟੀਵੀ, ਅਤੇ ਸਾਡਾ ਫੇਸਬੁੱਕ ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ, ਅਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ। ਹਾਂਜੀ, ਇਹ ਸੀਗੀ ਜੀ ਇੰਟਰਵਿਊ ਸਿੱਧੂ ਮੂਸੇਵਾਲਾ ਜੀ ਦੀ, ਜੋ ਮੂਵੀ ਆ ਰਹੀ ਆ ਮੂਸਾ ਜੱਟ ਬਾਰੇ। ਚਲੋ ਆਪਣੇ ਇੰਡੀਆ ਦੇ ਵਿੱਚ ਤਾਂ ਨਹੀਂ ਰਿਲੀਜ਼ ਹੁੰਦੀ, ਆਪਾਂ ਬਾਹਰ ਦੇ ਜਿਹੜੇ ਰਿਵਿਊ ਚੈਨਲਾਂ ਵਾਲੇ ਲੈਣਗੇ ਆਪਾਂ ਉਹਨਾਂ 'ਤੇ ਜ਼ਰੂਰ ਰਿਐਕਸ਼ਨ ਦੇਵਾਂਗੇ। ਅਤੇ ਯਾਰ ਜਿੱਦਣ ਵੀ ਇੰਡੀਆ ਦੇ ਵਿੱਚ ਰਿਲੀਜ਼ ਹੁੰਦੀ ਆ ਆਪਾਂ ਸਾਰੇ ਵੇਖਣ ਜਾਈਏ, ਕਿਉਂਕਿ ਜੇ ਕੋਈ ਕਿਸਾਨੀ ਦੇ ਥਰੂ ਸੌਂਗ ਜਾਂ ਕੋਈ ਮੂਵੀ ਆਉਂਦੀ ਆ ਆਪਾਂ ਨੂੰ ਵੱਧ ਚੜ੍ਹ ਕੇ ਉਹ 'ਚ ਹਿੱਸਾ ਦੇਣਾ ਚਾਹੀਦਾ, ਕਿਉਂਕਿ ਆਪਣੇ ਅੰਦਰ ਜਾਗਰੂਕੀ ਆ ਚੁੱਕੇ ਕਿ ਆਪਾਂ ਕਿਸਾਨੀ ਨੂੰ ਪਿਆਰ ਕਰਨ ਵਾਲੇ ਆਪਾਂ ਜਾਗ ਸਕੀਏ। ਜਿਹੜੀਆਂ ਆਪਣੀਆਂ ਮਤਲਬ ਚੀਜ਼ਾਂ ਆਪਾਂ ਕਹਿ ਦਿੰਦੇ ਨੇ ਯਾਰ ਚੱਲ ਕੋਈ ਨਹੀਂ ਹੋਣ ਦੇ, ਉਹ ਚੀਜ਼ਾਂ ਆਪਣੇ ਦੇ ਵਿੱਚੋਂ ਨਿਕਲ ਜਾਣ। ਜ਼ਰੂਰ ਮੂਵੀ ਦੇਖਣ ਜਾਇਓ ਜਿੱਦਣ ਵੀ ਇੰਡੀਆ ਦੇ ਵਿੱਚ ਚੱਲੇ। ਯਾਰ ਇੰਡੀਆ ਦੇ ਵਿੱਚ ਤਾਂ ਨਹੀਂ ਇਹਨਾਂ ਵੱਲੋਂ ਪਾਸ ਕੀਤੀ ਗਈ ਕਿ ਕਿਉਂਕਿ ਲੋਕ ਜਾਗਰੂਕ ਹੋ ਜਾਣਗੇ ਜ਼ਿਆਦਾ ਫਿਰ ਦੁਬਾਰਾ, ਕਿਉਂਕਿ ਸਿੱਧੂ ਮੂਸੇਵਾਲੇ ਜੀ ਨੂੰ ਬਹੁਤ ਲੋਕ ਸੁਣਦਾ ਵਾ, ਬਹੁਤ ਪਿਆਰ ਕਰਦਾ ਵਾ, ਅਤੇ ਉਹਨਾਂ ਦਾ ਪਹਿਲਾ ਕਦਮ ਚੁੱਕਿਆ ਗਿਆ ਮੂਵੀ ਪ੍ਰਤੀ, ਕਿਸਾਨਾਂ ਦੇ ਪ੍ਰਤੀ ਆਪਣੀ ਦਿਲ ਦੀਆਂ ਗੱਲਾਂ ਰੱਖਣ ਵਾਸਤੇ। ਇਹ ਚੀਜ਼ ਬਹੁਤ ਹੀ ਵਧੀਆ ਸੀ, ਮੈਨੂੰ ਵੀ ਬੜੀ ਉਹ ਸੀ ਕਿ ਯਾਰ ਮੂਸਾ ਜੱਟ ਇੱਥੇ ਵੀ ਰਿਲੀਜ਼ ਹੋਵੇ, ਜੇ ਹੋ ਸਕੇ ਤਾਂ ਅਸੀਂ ਵੀ ਵੇਖਣ ਜਾਵਾਂਗੇ। ਮਗਰ ਤੁਹਾਨੂੰ ਪਤਾ ਹੁਣ ਇੰਡੀਆ ਦੇ ਵਿੱਚ ਹਾਲੇ ਤਾਂ ਨਹੀਂ ਰਿਲੀਜ਼ ਹੋ ਰਹੀ, ਜਦੋਂ ਵੀ ਹੋਊਗੀ ਉਦੋਂ ਜ਼ਰੂਰ ਦੇਖਣ ਜਾਵਾਂਗੇ ਜੇ ਸਵੱਭ ਬਣਿਆ। ਅਤੇ ਤੁਸੀਂ ਦੱਸਿਓ ਤੁਹਾਨੂੰ ਇੰਟਰਵਿਊ ਕਿੱਦਾਂ ਦੀ ਲੱਗੀ, ਤੁਸੀਂ ਇੰਟਰਵਿਊ ਸੁਣ ਚੁੱਕੇ ਸੀ, ਜੇ ਨਹੀਂ ਸੁਣੀ, ਜੇ ਤੁਸੀਂ ਓਰੀਜਨਲ ਇੰਟਰਵਿਊ ਸੁਣਨਾ ਚਾਹੁੰਦੇ ਲਿੰਕ ਡਿਸਕ੍ਰਿਪਸ਼ਨ 'ਚ ਮੈਂ ਦਿੱਤਾ ਹੋਇਆ, ਜਾ ਕੇ ਸੁਣ ਸਕਦੇ ਜੋ, ਜਾ ਕੇ ਉਹਨਾਂ ਨੂੰ ਚੈਨਲ ਨੂੰ ਸਪੋਰਟ ਕਰੋ, ਪਿਆਰ ਦਵੋ, ਜੇ ਤੁਹਾਨੂੰ ਮੇਰੀ ਰਿਐਕਸ਼ਨ ਵਧੀਆ ਲੱਗਾ ਹੋਵੇ ਤਾਂ ਚਾਹੇ ਵੀਡੀਓ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰਿਓ। ਜੇ ਤੁਸੀਂ ਚਾਹੁੰਦੇ ਜੋ ਕਿ ਮੈਂ ਕਿਸੇ ਸੌਂਗ ਦੇ ਉੱਤੇ ਵੀ ਰਿਐਕਸ਼ਨ ਦਵਾਂ ਤਾਂ ਲਿੰਕ ਕਮੈਂਟ ਬਾਕਸ ਜਾਂ ਇੰਸਟਾਗ੍ਰਾਮ 'ਤੇ ਜਾ ਕੇ ਸੈਂਡ ਕਰ ਸਕਦੇ ਹੋ, ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ। ਆਪਾਂ ਮਿਲਾਂਗੇ ਫਿਰ ਜਲਦੀ ਅਗਲੀ ਵੀਡੀਓ 'ਚ, ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।